ਤੇ ਭਾਰਤ ਦੇ ਅੰਦਰੂਨੀ ਮਸਲਿਆਂ 'ਚ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਬੰਦ ਕਰੋ, ਕੈਪਟਨ ਨੇ ਕਿਹਾ ਤਾ ਨਾਲ ਤੇ ਨਾਲੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਭਾਰਤੀ ਫੌਜ ਅਨੁਸ਼ਾਸਨ ਅਤੇ ਰਾਸ਼ਟਰਵਾਦ ਦੀ ਤਾਕਤ ਹੈ, ਜੋ ਕਿ ਫਵਾਦ ਚੌਧਰੀ ਤੁਹਾਡੀ ਫੌਜ ਦੀ ਤਰ੍ਹਾਂ ਨਹੀਂ ਹੈ। ਤੁਹਾਡੇ ਭੜਕਾਊ ਬਿਆਨ ਨਾਲ ਕੁਝ ਨਹੀਂ ਹੋਣ ਵਾਲਾ ਅਤੇ ਨਾਲੇ ਸਾਡੀ ਜਿਹੜੀ ਫੌਜ ਹੈ, ਸਾਡੇ ਜਿਹੜੇ ਫੌਜੀ ਨੇ ਤੁਹਾਡੀਆਂ ਸਲਾਹਾਂ 'ਤੇ ਗੌਰ ਨਹੀਂ ਕਰਨਗੇ। ਵਿਨੀਤ ਕਪੂਰ ਸਾਡੇ ਪੱਤਰਕਾਰ ਸਾਡੇ ਨਾਲ ਜੁੜੇ ਨੇ। ਵਿਨੀਤ, ਵੈਂਕਈਆ ਨਾਇਡੂ ਅੱਜ ਪਹੁੰਚੇ ਸੀ ਚੰਡੀਗੜ੍ਹ, ਉਹਨਾਂ ਨੇ ਤਾਰੀਫ ਕੀਤੀ ਹੈ ਕੈਪਟਨ ਦੀ। ਬਿਲਕੁਲ, ਦੇਖੋ ਸਿੱਧੇ ਤੌਰ ਤੇ ਅਮਰ, ਅਗਰ ਗੱਲ ਕਰੀਏ, ਅੱਜ ਵੈਂਕਈਆ ਨਾਇਡੂ ਜਿਹੜੇ ਕਿ ਉਪ ਪ੍ਰਧਾਨ ਨੇ, ਸਿੱਧੇ ਤੌਰ ਤੇ ਉਪ ਰਾਸ਼ਟਰਪਤੀ ਨੇ, ਉਹ ਅੱਜ ਚੰਡੀਗੜ੍ਹ ਪਹੁੰਚੇ ਸੀ। ਬਲਰਾਮ ਜੀ ਦਾਸ ਟੰਡਨ ਦੀ ਪੁੰਨਿਆ ਤਿਥੀ ਸੀ ਅੱਜ, ਔਰ ਇਸ ਕਾਰਜਕ੍ਰਮ ਦੇ ਵਿੱਚ ਸ਼ਿਰਕਤ ਕਰਨ ਲਈ ਉਹ ਇੱਥੇ ਪਹੁੰਚੇ ਸੀ। ਔਰ ਸਿੱਧੇ ਤੌਰ ਤੇ ਉਹਨਾਂ ਨੇ ਕੈਪਟਨ ਦੇ ਉਸ ਬਿਆਨ ਦੀ ਸ਼ਲਾਘਾ ਕੀਤੀ ਹੈ, ਜਿਸ ਵਿੱਚ ਕੈਪਟਨ ਇਹ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਭਾਰਤ ਇੱਕ ਹੈ, ਭਾਰਤੀ ਇੱਕ ਹੈ, ਔਰ ਭਾਰਤ ਦੀ ਅਖੰਡਤਾ ਔਰ ਪ੍ਰਭੂਸੱਤਾ ਨੂੰ ਬਣਾਉਣ ਲਈ ਜੋ ਵੀ ਫੈਸਲੇ ਕੇਂਦਰ ਦੀ ਸਰਕਾਰ ਕਰੂਗੀ, ਆਪਾਂ ਉਸ ਫੈਸਲਿਆਂ ਦੇ ਨਾਲ ਆ, ਇਸ ਬਿਆਨ ਦੀ ਉਹਨਾਂ ਨੇ ਸ਼ਲਾਘਾ ਕੀਤੀ ਹੈ। ਔਰ ਸਿੱਧੇ ਤੌਰ ਤੇ ਉਹਨਾਂ ਨੇ ਨਸੀਹਤ ਵੀ ਦਿੱਤੀ ਹੈ। ਉਹਨਾਂ ਨੇ ਇਹ ਕਿਹਾ ਕਿ ਜਿਸ ਤਰ੍ਹਾਂ ਨਾਲ ਕੇਂਦਰ ਸਰਕਾਰ ਦੀ ਤਰਫੋਂ ਧਾਰਾ 370 ਖਤਮ ਕੀਤੀ ਗਈ ਹੈ, ਤੇ ਇਸ ਧਾਰਾ 370 ਨੂੰ ਖਤਮ ਕਰਨ ਨੂੰ ਲੈ ਕੇ ਕੁਝ ਦੇਸ਼ ਜਿਹੜੇ ਨੇ ਉਹ ਭਾਰਤ ਤੋਂ ਈਰਸ਼ਾ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ। ਭਾਰਤ ਦਾ ਅੰਦਰੂਨੀ ਮਸਲਾ ਹੈ, ਲੇਕਿਨ ਕੁਝ ਪੜੋਸੀ ਦੇਸ਼ ਜਿਹੜੇ ਨੇ ਉਹ ਇਸ ਤੋਂ ਈਰਸ਼ਾ ਕਰ ਰਹੇ ਨੇ। ਔਰ ਸਿੱਧੇ ਤੌਰ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਭਾਰਤ ਜਿਹੜਾ ਉਹ ਹੁਣ ਅਰਥ ਵਿਵਸਥਾ ਦੇ ਵਿੱਚ ਤੀਜੇ ਨੰਬਰ ਤੇ ਆਉਣ ਵਾਲਾ ਹੈ, ਇਸ ਕਰਕੇ ਵੀ ਸਿੱਧੇ ਤੌਰ ਤੇ ਭਾਰਤ ਨਾਲ ਜਿਹੜਾ ਹੈ ਦੂਜੇ ਦੇਸ਼ਾਂ ਦੇ ਸੰਬੰਧ ਥੋੜੇ ਜਿਹੇ ਤਣਾਅਪੂਰਨ ਬਣੇ ਹੋਏ ਨੇ, ਔਰ ਈਰਸ਼ਾਲੂ ਸੁਭਾਅ ਜਿਹੜਾ ਉਹ ਦੂਜੇ ਦੇਸ਼ਾਂ ਦਾ ਭਾਰਤ ਨੂੰ ਲੈ ਕੇ ਵੇਖਣ ਨੂੰ ਮਿਲ ਰਿਹਾ। ਕੁਛ ਇਸ ਤਰ੍ਹਾਂ ਦੇ ਬਿਆਨ ਅੱਜ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਚੰਡੀਗੜ੍ਹ ਵਿੱਚ ਦੇਦੇ ਹੋਏ ਨਜ਼ਰ ਆਏ ਨੇ। ਸਿੱਧੇ ਤੌਰ ਤੇ ਉਹਨਾਂ ਦੇ ਇਹ ਬਿਆਨ ਜਿੱਥੇ ਉਹਨਾਂ ਨੇ ਕੈਪਟਨ ਦੀ ਸ਼ਲਾਘਾ ਕੀਤੀ, ਨਾਲ ਨਾਲ ਦੂਜੇ ਦੇਸ਼ ਜਿਹੜੇ ਕਿਤੇ ਨਾ ਕਿਤੇ ਭਾਰਤ ਨਾਲ ਈਰਸ਼ਾ ਔਰ ਭੇਦਭਾਵ ਦੇ ਨਜ਼ਰੀਏ ਨਾਲ ਬਿਆਨ ਦੇ ਰਹੇ ਨੇ, ਉਹਨਾਂ ਨੂੰ ਵੀ ਨਸੀਹਤ ਦਿੱਤੀ ਹੈ ਜੀ। ਪਹਿਲੀ ਦੂਜੇ ਪਾਸੇ ਪ੍ਰੋਗਰਾਮ ਬਾਰੇ ਕੀ ਜਾਣਕਾਰੀ ਤੁਹਾਡੇ ਕੋਲ? ਵੈਂਕਈਆ ਨਾਇਡੂ ਕਿਹੜੇ ਪ੍ਰੋਗਰਾਮ 'ਚ ਪਹੁੰਚੇ ਸਨ ਅਤੇ ਦੂਜੇ ਪਾਸੇ ਕੌਣ ਕੌਣ ਮੌਜੂਦ ਸੀ? ਬਲਰਾਮ ਜੀ ਦਾਸ ਟੰਡਨ ਦੀ ਗੱਲ ਕਰੀਏ ਤੇ ਭਾਜਪਾ ਦੇ ਸੀਨੀਅਰ ਆਗੂ ਸੀ ਬਲਰਾਮ ਜੀ ਦਾਸ ਟੰਡਨ, ਪਿਛਲੇ ਦਿਨੀ ਉਹਨਾਂ ਦਾ ਨਿਧਨ ਹੋ ਗਿਆ ਸੀ, ਤੇ ਉਹਨਾਂ ਦੇ ਨਿਧਨ ਦੇ ਉੱਪਰ ਅੱਜ ਉਹਨਾਂ ਨੂੰ ਯਾਦ ਕਰਨ ਲਈ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਲਾਅ ਆਡੀਟੋਰੀਅਮ ਹੈ ਉੱਥੇ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ ਸੀ। ਇਸ ਸੈਮੀਨਾਰ ਦੇ ਵਿੱਚ ਸ਼ਿਰਕਤ ਕਰਨ ਲਈ ਵੈਂਕਈਆ ਨਾਇਡੂ ਚੰਡੀਗੜ੍ਹ ਪਹੁੰਚੇ ਸੀ, ਔਰ ਇੱਥੇ ਉਹਨਾਂ ਨੇ ਆਪਣੀ ਸਪੀਚ ਵੀ ਦਿੱਤੀ, ਔਰ ਨਾਲੋ ਨਾਲ ਵੈਂਕਈਆ ਨਾਇਡੂ ਨੇ ਜਿਹੜੇ ਬਲਰਾਮ ਜੀ ਦਾਸ ਟੰਡਨ ਨਾਲ ਸੰਬੰਧ ਸੀ, ਜਿਹੜਾ ਉਹਨਾਂ ਨੇ ਸਮੇਂ ਬਤੀਤ ਕੀਤਾ, ਉਹਨਾਂ ਨੂੰ ਵੀ ਯਾਦ। ਔਰ ਸਿੱਧੇ ਤੌਰ ਤੇ ਅਗਰ ਇਸ ਸਮਾਗਮ ਦੀ ਗੱਲ ਕਰੀਏ, ਕੇਵਲ ਵੈਂਕਈਆ ਨਾਇਡੂ ਨਹੀਂ ਬਲਕਿ ਪੰਜਾਬ ਦੇ ਜਿਹੜੇ ਰਾਜਪਾਲ ਤੇ ਚੰਡੀਗੜ੍ਹ ਦੇ ਜਿਹੜੇ ਐਡਮਿਨਿਸਟ੍ਰੇਟਰ ਨੇ ਬੀਪੀ ਸਿੰਘ, ਉਹ ਵੀ ਇੱਥੇ ਪਹੁੰਚੇ ਸੀ। ਇਸੇ ਤਰ੍ਹਾਂ ਨਾਲ ਅਗਰ ਆਪਾਂ ਵਿਜੇਂਦਰ ਸਿੰਗਲਾ ਦੀ ਗੱਲ ਕਰੀਏ, ਉਹ ਇੱਥੇ ਪਹੁੰਚੇ ਸੀ। ਇਸੇ ਤਰ੍ਹਾਂ ਨਾਲ ਭਾਜਪਾ ਦੇ ਹੋਰ ਸੀਨੀਅਰ ਆਗੂ ਜਿਹੜੇ ਨੇ ਉਹ ਇੱਥੇ ਮੌਜੂਦ ਸੀ, ਔਰ ਸਾਰਿਆਂ ਨੇ ਹੀ ਬਲਰਾਮ ਜੀ ਦਾਸ ਟੰਡਨ ਨੂੰ ਨਮ ਅੱਖਾਂ ਦੇ ਨਾਲ ਸ਼ਰਧਾਂਜਲੀ ਦਿੱਤੀ, ਔਰ ਉਹਨਾਂ ਦੇ ਜਿਹੜੇ ਕੰਮ ਸੀ ਉਹਨਾਂ ਦੀ ਸ਼ਲਾਘਾ ਕੀਤੀ ਹੈ। ਕਿਉਂਕਿ ਸਿੱਧੇ ਤੌਰ ਤੇ ਜਿਸ ਤਰ੍ਹਾਂ ਨਾਲ ਆਪਣੇ ਸੰਬੋਧਨ ਦੇ ਵਿੱਚ ਵੀ ਬਲਰਾਮ ਜੀ ਦਾਸ ਟੰਡਨ ਨੂੰ ਲੈ ਕੇ ਇਹ ਪ੍ਰੋਗਰਾਮ ਸੀ, ਧੰਨਵਾਦ, ਜਿੱਥੇ ਵੈਂਕਈਆ ਨਾਇਡੂ ਪਹੁੰਚੇ ਪਰ ਕੈਪਟਨ ਦੀ ਤਾਰੀਫ ਕੀਤੀ, ਕੈਪਟਨ ਦੇ ਮੁਰੀਦ ਹੁੰਦੇ ਨਜ਼ਰ ਆਏ, ਕਿਉਂਕਿ ਫਵਾਦ ਚੌਧਰੀ ਨੂੰ ਉਹਨਾਂ ਨੇ ਸਖ਼ਤ ਲਹਿਜ਼ੇ 'ਚ ਜਵਾਬ ਦਿੱਤਾ ਹੈ।